ਪਿੰਡ ਮੂਸਾ ਦੇ ਵਿੱਚ ਬਾਈ ਸਿੱਧੂ ਮੂਸੇ ਵਾਲੇ ਦੀ ਬਰਸੀ ਮਨਾਈ ਗਈ। ਇਸ ਮੌਕੇ ਬਾਪੂ ਬਲਕੌਰ ਸਿੰਘ ਅਤੇ ਪੂਰਾ ਪਿੰਡ ਭਾਵੁਕ ਦਿਖਿਆ ਅਤੇ ਨਾਲ ਹੀ ਬਾਪੂ ਬਲਕੌਰ ਸਿੰਘ ਨੇ ਪੁੱਤ ਦੇ ਇਨਸਾਫ ਦੇ ਲਈ ਇੱਥੇ ਕਈ ਸਵਾਲ ਚੱਕੇ ਅਤੇ ਨਾਲ ਹੀ ਦੋਸਤੋ ਬਾਪੂ ਜੀ ਨੇ ਕਈ ਹੋਰ ਗੱਲਾਂ ਵੀ ਲੋਕਾਂ ਦੇ ਨਾਲ ਸਾਂਝਾ ਕੀਤੀਆਂ ਨੇ। ਆਜੋ ਦਿਖਾ ਦਿੰਦੇ ਹਾਂ ਕਿ ਅੱਜ ਬਰਸੀ ਦੇ ਮੌਕੇ ਬਾਪੂ ਬਲਕੌਰ ਸਿੰਘ ਹੋਰਾਂ ਦਾ ਕਿਹੜਾ ਵੱਡਾ ਬਿਆਨ ਸਾਹਮਣੇ ਆਇਆ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਪੁੱਤ ਦੀ ਸੈਕਿੰਡ ਵਰਸੀ ਦੇ ਉੱਤੇ ਪਹੁੰਚੇ ਹੋਏ PPC ਦੇ ਇੰਚਾਰਜ ਜਾਦਵ ਸਾਹਿਬ, ਸਾਡੇ ਲੋਕ ਸਭਾ ਹਲਕਾ ਸਰਦਾਰ ਸਿੱਧੂ ਸਾਹਿਬ, ਸਰਦਾਰ ਕੀਰ ਮੁਹੰਦ ਸਾਹਿਬ, ਸਮੁੱਚੇ ਇਲਾਕੇ ਦੇ ਪੰਚ ਸਰਪੰਚ ਅਤੇ ਮੇਰੇ ਨਗਰ ਦੇ ਭੈਣ ਭਰਾਵੋ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸੈਕਿੰਡ ਬਰਸੀ ਨੂੰ ਬਰਸੀ ਕਹਿਣਾ ਪੈਂਦਾ ਵੀਰੋ। ਬਰਸੀ 28 ਸਾਲਾਂ 'ਚ ਨਹੀਂ ਮਨਾਈ ਜਾਂਦੀ, ਇਹ ਇੱਕ ਨਸਲ ਖੁਸ਼ੀ ਹੈ, ਇਹ ਇੱਕ ਜਬਰ ਜ਼ੁਲਮ ਹੈ ਜਿਸ ਦੇ ਸੰਬੰਧ ਦੇ ਵਿੱਚ ਮੈਂ ਤਕਰੀਬਨ 2 ਸਾਲ ਤੋਂ ਹਰ ਸਟੇਜ 'ਤੇ ਹਰ ਮੰਚ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਕਰ ਰਿਹਾ। ਤੁਸੀਂ ਅੱਜ ਜਿੰਨੇ ਇੱਥੇ ਆਏ ਹੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਕੱਲੀ ਪੁੱਤ ਦੀ ਮੌਤ ਹੁੰਦੀ ਮਹਾਰਾਜ ਦਾ ਭਾਣਾ ਮੰਨ ਕੇ ਹਰ ਇਨਸਾਨ ਆਪਣਾ ਸਿਰ ਨਿਵਾ ਦਿੰਦਾ ਹੈ, ਕਿਉਂਕਿ ਮਾਲਕ ਦੀ ਮਰਜ਼ੀ ਹੈ, ਉਹਦੀ ਫਸਲ ਹੈ, ਉਹ ਕੱਚੀ ਵੱਢੇ ਪੱਕੀ ਵੱਢੇ, ਇੱਥੋਂ ਤੱਕ ਗੱਲ ਮੰਨਣ ਦੇ ਵਿੱਚ ਆ ਜਾਂਦੀ ਹੈ। ਪਰੰਤੂ ਜਿਹੜੀ ਮੌਤ ਸਾਡੇ ਸਿਸਟਮ ਨੇ ਕੀਤੀ ਹੈ, ਸਾਡੀਆਂ ਜਾਂਚ ਏਜੰਸੀਆਂ ਦੇ ਦੁਆਰਾ ਸੋਚ ਸਮਝ ਕੇ ਕੀਤੀ ਗਈ ਹੈ, ਇਸੇ ਕਰਕੇ ਜਸਟਿਸ ਜਰੀਕੇ ਲੱਗ ਰਹੇ ਨੇ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਤਾਂ ਜਾਣੂ ਕਰਵਾਉਣਾ, ਅੱਜ 1.25 ਸਾਲ ਤਾਂ ਵੀਡੀਓ ਨੂੰ ਹੋ ਗਿਆ, ਜਿਹੜਾ ਮਾਨਯੋਗ ਹਾਈ ਕੋਰਟ ਨੂੰ ਕਹਿਣ ਦੇ ਬਾਵਜੂਦ ਵੀ ਸਰਕਾਰ ਟਸ ਤੋਂ ਮਸ ਨਹੀਂ ਹੋਈ, ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਦਿੰਦੀ ਹੈ ਗੌਰਮੈਂਟ ਕਿ ਅਸੀਂ ਸਿਕਿਉਰਿਟੀ ਵਿਦਡਰਾਅ ਕੀਤੀ, ਉਹ ਕੋਈ ਅਚਾਨਕ ਨਹੀਂ ਕੀਤੀ ਗਈ ਸੀ, ਸੋਚ ਸਮਝ ਕੇ ਕੀਤੀ ਗਈ ਸੀ। ਅਸੀਂ ਗੈਂਗਸਟਰਾਂ ਤੋਂ ਨਹੀਂ ਮਾਰੇ ਜਾ ਸਕਦੇ ਸੀ, ਇਲੈਕਸ਼ਨ ਤੋਂ ਬਾਅਦ ਅਸੀਂ 15 ਦਿਨ ਘਰੇ ਇਕੱਲੇ ਸੀ, ਸਾਡੇ ਕੋਲ ਇੱਕ ਵੀ ਗਨਮੈਨ ਸੀ, ਪਰੰਤੂ ਕੋਈ ਵੀ ਗੈਂਗਸਟਰ ਸਾਡੇ ਤੱਕ ਪਹੁੰਚ ਨਹੀਂ ਕਰ ਸਕਿਆ ਸੀ। ਪਹੁੰਚ ਕਦੋਂ ਹੋਈ ਹੈ? ਜਦੋਂ ਸਾਡੇ ਸਿਸਟਮ ਨੇ ਉਸ ਸਿਕਿਉਰਿਟੀ ਨੂੰ ਵਿਡਰਾਅ ਕਰਕੇ ਅਨਾਊਂਸ ਕੀਤਾ ਗਿਆ, ਜਾਓ ਹੁਣ ਸਿੱਧੂ ਮੂਸੇ ਵਾਲਾ ਇਕੱਲਾ ਹੁਣ ਮਾਰ ਦਿਓ, ਕਿਤੋਂ ਦੇ ਭਈਏ ਆ ਕੇ ਘਰੇ ਬੈਠਾ ਨੂੰ ਸਾਨੂੰ ਮਾਰ ਕੇ ਗਿਆ। ਰੋਜ਼ ਸਾਨੂੰ ਇਸ ਗੱਲ ਦਾ 2 ਸਾਲ ਹੋ ਗਏ, ਹਾਲੇ ਤੱਕ ਅਸੀਂ ਚਾਰਜ ਫਰੇਮ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਬਹੁਤ ਲੰਮੀਆਂ ਕਹਾਣੀਆਂ ਨੇ, ਟਾਈਮ ਬੜਾ ਸੀਮਿਤ ਹੈ, ਮੈਂ ਤੁਹਾਡੇ ਨਾਲ 2-4 ਗੱਲਾਂ ਹੀ ਸਾਂਝੀਆਂ ਕਰਨੀਆਂ। ਹੁਣ ਸਿੱਧੂ ਮੂਸੇ ਵਾਲਾ ਇੱਕ ਵਿਅਕਤੀਗਤ ਤੌਰ 'ਤੇ ਇੱਕ ਨੌਜਵਾਨ ਸੀ, ਮਾਪਿਆਂ ਦਾ ਇਕਲੌਤਾ ਪੁੱਤ ਸੀ, ਇਲਾਕੇ ਦੀ ਸ਼ਾਨ ਸੀ, ਉਹਨੂੰ ਮਾਰਿਆ ਕਿਉਂ ਗਿਆ? ਮੈਂ ਇਸ ਦੇਸ਼ ਦੀ ਰਾਜਨੀਤੀ ਤੋਂ ਇਹ ਸਵਾਲ ਪੁੱਛਦਾ, ਜੇ ਨਫ਼ਰਤ ਸੀ ਤਾਂ ਕਿਸ ਗੱਲ ਦੇ ਨਾਲ ਸੀ? ਸ਼ੁਭਦੀਪ ਸਿੱਧੂ ਇਹੋ ਜਿਹਾ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਨਾ, ਇਦੋਂ ਛੋਟੀ ਕੋਈ ਸਜ਼ਾ ਹੀ ਨਹੀਂ ਉਹਨੂੰ ਦਿੱਤੀ ਗਈ, ਉਹ ਕਾਰਨ ਕੀ ਸੀ? ਕਿਤੇ ਉਹ ਆਪਣੀ ਪੰਜਾਬੀ ਦਾ, ਕਿਤੇ ਆਪਣੀ ਪੱਗ ਦਾ,
ਕਿਤੇ ਆਪਣੇ ਧਰਮ ਦਾ ਕੋਈ ਪ੍ਰਚਾਰ ਤਾਂ ਨਹੀਂ ਕਰ ਰਹੇ ਸੀ। ਤੁਹਾਨੂੰ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ 'ਚੋਂ ਹਟਾਉਣਾ ਹੀ ਇੱਕ ਬਿਹਤਰ ਹੱਲ ਹੈ? ਉਹ ਇੱਕ ਅੱਛਾ ਬੁਲਾਰਾ ਸੀ, ਭਾਰਤ ਦਾ ਸਭ ਤੋਂ ਵੱਡਾ ਯੂਟਿਊਬਰ ਹੈ, 23-24 ਕਰੋੜ ਲੋਕ ਉਹਨੂੰ ਫੋਲੋ ਕਰਦੇ ਉਹਦੇ ਚੈਨਲ ਦੇ ਉੱਤੇ। ਕਿਤੇ ਇਹੀ ਤਾਂ ਉਹਦੀ ਮੌਤ ਦਾ ਕਾਰਨ ਨਹੀਂ ਬਣ ਗਿਆ? ਕੀ ਤੁਸੀਂ ਕੋਈ ਕਾਬਲ ਬੱਚਾ ਸਾਡੇ ਸਧਾਰਨ ਘਰਾਂ ਦੇ ਵਿੱਚ ਪੈਦਾ ਹੋਣ ਦੇਣਾ ਹੀ ਨਹੀਂ ਚਾਹੁੰਦੇ? ਜਿਹੜਾ ਯੁੱਗ ਪਲਟਾਊ ਫੈਸਲੇ ਕਰ ਸਕਦਾ ਉਹਨੂੰ? ਬੜੇ ਲੋਕਾਂ ਨੇ ਜਦੋਂ ਅਸੀਂ ਕਾਂਗਰਸ ਦੇ ਵਿੱਚ ਉਹਨੇ ਜੁਆਇਨ ਕੀਤਾ, ਬੜੇ ਲੋਕਾਂ ਨੇ ਸਵਾਲ ਚੁੱਕੇ, ਤੂੰ ਫਲਾਨੀ ਪਾਰਟੀ ਚਲਾ ਗਿਆ, ਤੂੰ ਫਲਾਨੀ ਪਾਰਟੀ ਚਲਾ ਗਿਆ। ਪਰ ਉਹਨੇ ਇੱਕੋ ਹੀ ਗੱਲ ਕਹੀ ਸੀ, ਵਿਸ਼ਵਾਸ ਰੱਖੋ, ਜੇ ਤੁਸੀਂ ਚਿੱਕੜ ਸਾਫ਼ ਕਰਨਾ ਤੁਹਾਨੂੰ ਚਿੱਕੜ ਦੇ ਵਿੱਚ ਵੜਨਾ ਪੈਂਦਾ। ਉਹਦੇ ਕੋਲ ਇੱਕ ਵਿਜ਼ਨ ਸੀ, ਇੱਕ ਸੋਚ ਸੀ, ਉਹਦੇ ਤਹਿਤ ਉਹਨੇ ਕਿਹਾ ਕੋਈ ਗੱਲ ਨਹੀਂ, ਜੇ ਕਿਤੇ ਕੋਈ ਕਮੀ ਵੀ ਹੈਗੀ ਉਹਨੂੰ ਸਾਫ਼ ਕਰਾਂਗੇ। ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਨਾਲ ਬਣਦੀਆਂ ਨੇ, ਪਾਰਟੀਆਂ ਪਰਸਨੈਲਿਟੀਆਂ ਦੇ ਨਾਲ ਬਣਦੀਆਂ ਨੇ, ਵੀ ਤੁਸੀਂ ਕੇਵਲ ਅਤੇ ਕੇਵਲ ਕਿਸੇ ਇੱਕ ਨਾਮ ਨੂੰ ਮਾੜਾ ਕਹਿ ਕੇ ਨਾ ਕਰੋ, ਉਹਦੇ ਵਿੱਚ ਅੱਛੇ ਨੌਜਵਾਨ ਅੱਛੇ ਕੈਂਡੀਡੇਟ ਭੇਜੋ, ਫਿਰ ਦੇਖੋ ਅੱਗੇ ਕੋਈ ਸੁਧਾਰ ਹੁੰਦਾ ਕਿ ਨਹੀਂ ਹੁੰਦਾ। ਸੋ ਉਹ ਇੱਕ ਬੜੇ ਵੱਡੇ ਸੁਧਾਰ ਵੱਲ ਵੱਧ ਰਿਹਾ ਸੀ। ਸੋ ਸੈਂਟਰ ਨੂੰ ਚੰਗਾ ਨਹੀਂ ਲੱਗਿਆ, ਸਟੇਟ ਨੂੰ ਚੰਗਾ ਨਹੀਂ ਲੱਗਿਆ। ਜਾਦਵ ਸਾਹਿਬ, ਮੈਂ ਤੁਹਾਨੂੰ ਦੱਸਦਾ ਵੀ ਨਫ਼ਰਤ ਕਿਸ ਹੱਦ ਤੱਕ ਦੀ ਹੈ। ਤੁਸੀਂ ਉਹਨੂੰ ਮਾਰ ਦਿੱਤਾ, ਗੱਲ ਨਿਬੜ ਗਈ, ਪਰੰਤੂ ਨਵੇਂ ਜੰਮੇ ਮਾਸੂਮ ਦੇ ਨਾਲ ਤੁਹਾਡਾ ਕੀ ਸ਼ਰੀਕਾ ਸੀ? ਅੱਜ ਤੱਕ ਤੁਸੀਂ ਕਿਸੇ 2 ਘੰਟਿਆਂ ਦੇ ਬੱਚੇ ਨੂੰ ਨੋਟਿਸ ਆਇਆ ਦੇਖਿਆ? ਨਫ਼ਰਤ ਦੀ ਹੱਦ ਹੈ। ਇਸ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਇੱਕ ਹਊਆ ਖਤਮ ਕੀਤਾ ਸੀ, ਅਤੇ ਜਦੋਂ 2-3 ਕਰੋੜ ਸੜਕਾਂ ਦੇ ਵਿੱਚ ਝੂਮਿਆ ਖੁਸ਼ੀ ਦੇ ਵਿੱਚ ਸਿੱਧੂ ਦੇ ਆਉਣ ਦੇ ਨਾਲ, ਤਾਂ ਇਹਨਾਂ ਤੋਂ ਉਹ ਜਰਿਆ ਨਹੀਂ ਗਿਆ, ਤਾਂ ਇਹਨਾਂ ਨੇ ਉੱਥੋਂ ਚਿੱਠੀਆਂ ਕਰਤੀਆਂ, ਅਤੇ ਸਟੇਟ ਨੇ 24 ਘੰਟਿਆਂ ਦੇ ਅੰਦਰ ਅੰਦਰ 2 CMO ਬਦਲਦੇ ਹੋਏ ਸਾਡੇ ਪਿੱਛੇ ਦਾ। ਸੋ ਇਹ ਮੈਂ ਗੱਲਾਂ ਤੋਂ ਮੈਂ ਲੰਬਾ ਸਮਾਂ ਇਜਾਜ਼ਤ ਨਹੀਂ ਦਿੰਦਾ, ਅਸੀਂ ਅੱਗੇ ਨਿਕਲਣਾ। ਤੁਸੀਂ ਸਾਰਿਆਂ ਨੇ ਪਰਿਵਾਰ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ, ਤੁਹਾਡਾ ਕਰਜ਼ ਮੇਰੀਆਂ ਅਗਲੀਆਂ ਨਸਲਾਂ ਨੂੰ ਚੁਕਾ ਚੁੱਕੂੰਗੀਆਂ। ਮੈਂ ਆਪਣੇ ਨਗਰ ਤੋਂ, ਆਪਣੇ ਇਲਾਕੇ ਤੋਂ, ਸਮੂਹ ਪੰਜਾਬ, ਦੇਸ਼ ਵਿਦੇਸ਼ ਤੱਕ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮਾੜੇ ਸਮੇਂ ਦੇ ਵਿੱਚ ਮੈਨੂੰ ਹੌਸਲਾ ਦੇ ਕੇ ਇਸ ਕਾਬਲ ਕੀਤਾ ਕਿ ਮੈਂ ਇਸ ਬੁਰਾਈ ਦੇ ਖਿਲਾਫ਼ ਲੜਦਾ ਰਹਾਂ। ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ, ਜਦ ਤੱਕ ਸਾਹਮਣੇ ਤਦ ਤੱਕ ਇਸ ਜਸਟਿਸ ਦੇ ਲਈ, ਇਨਸਾਫ਼ ਦੇ ਲਈ ਆਪਾਂ ਸੰਘਰਸ਼ ਕਰਦੇ ਰਹਾਂਗੇ। ਤੁਸੀਂ ਜਿੰਨੇ ਦੂਰੋਂ ਨੇੜੋਂ ਸੰਗਤ ਚੱਲ ਕੇ ਆਈ ਹੈ, ਪਰਮਾਤਮਾ ਤੁਹਾਡਾ ਕਦਮ ਕਦਮ ਲੇਖੇ ਲਾਵੇ। ਜਿੰਨੀ ਸੰਗਤ ਆਈ ਹੈ, ਲੰਗਰ ਚਾਹ ਪਾਣੀ ਸਾਰਾ ਕੁਛ ਤਿਆਰ ਹੈ, ਕੋਈ ਵੀ ਬਿਨਾਂ ਜਲ ਪਾਣੀ ਛੱਕੇ ਤੋਂ ਨਾ ਜਾਵੇ। ਇੰਨਾ ਕਹਿੰਦਾ ਹੋਇਆ ਤਾਂ ਤੋਂ ਆਗਿਆ ਲੈਣਾ, ਕੋਈ ਸ਼ਬਦ ਵੱਧ ਘੱਟ ਕਹਿ ਗਿਆ ਮੈਂ ਸੰਗਤ ਮਾਫ਼ ਕਰਨ ਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।